ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ ਬ੍ਰਿਟਿਸ਼ ਕੋਲੰਬੀਆ ਤੋਂ। ਅਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਗੁਲਜ਼ਾਰ ਸਿੰਘ ਚੀਮਾ ਦੀ, ਜਿਹੜੀ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਕਮਿਊਨਿਟੀ ਦੀ ਇਹ ਜਾਣੀ ਪਛਾਣੀ ਸ਼ਖਸੀਅਤ ਨੇ, ਇੱਕ ਫੈਮਿਲੀ ਫਿਜ਼ੀਸ਼ੀਅਨ। ਅਤੇ ਜਿਸ ਤਰੀਕੇ ਨਾਲ ਅੱਜ ਜੋ ਮਾਹੌਲ ਬਣਿਆ ਪਿਆ ਕਰੋਨਾ ਵਾਇਰਸ ਦੇ ਸੰਬੰਧ ਵਿੱਚ, ਕੋਵਿਡ-19 ਦੇ ਬਾਰੇ ਅਸੀਂ ਪਿਛਲੇ ਸਮੇਂ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਪਰ ਅੱਜ ਕੁਝ ਹੋਰ ਇੰਪੋਰਟੈਂਟ ਫੈਕਟਸ ਐਂਡ ਫਿਗਰਸ ਨੂੰ ਲੈ ਕੇ ਅਤੇ ਨਾਲ ਖਾਸ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ, ਇਸ ਉੱਤੇ ਅਸੀਂ ਫੋਕਸ ਕਰਾਂਗੇ। ਸੋ ਸਵਾਗਤ ਕਰਦੇ ਹਾਂ ਡਾਕਟਰ ਗੁਲਜ਼ਾਰ ਸਿੰਘ ਚੀਮਾ ਦਾ। ਡਾਕਟਰ ਸਾਹਿਬ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ। ਥੈਂਕ ਯੂ ਜੀ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਟਾਰਟ ਆਫ ਕਰਾਂਗੇ, ਅੱਜ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਸ ਦਾ ਕੀ ਮਤਲਬ ਹੋਇਆ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਐਮਰਜੈਂਸੀ ਦਾ ਇਹ ਮਤਲਬ ਇਹ ਹੈਗਾ ਕਿ ਜਿਹੜੀ ਸਿਚੁਏਸ਼ਨ ਹੈ ਆਊਟ ਆਫ ਕੰਟਰੋਲ ਜਾ ਰਹੀ ਹੈ ਜੀ, ਇਹਦੀ ਜਿਹੜੀ ਸਪਰੈਡ ਹੈ ਬੜੀ ਫਾਸਟ ਜਾ ਰਹੀ ਹੈ, ਅਤੇ ਜਿਹੜਾ ਇਹਦੀ ਜਿਹੜੀ ਕਮਿਊਨਿਟੀ ਸਪਰੈਡ ਹੈ ਨਾ, ਉਹਦਾ ਪਹਿਲਾਂ ਬਹੁਤਾ ਧਿਆਨ ਨਹੀਂ ਸੀ, ਹੁਣ ਉਹਦੇ ਉਸ ਕੰਮ ਬਾਰੇ ਫੋਕਸ ਹੈ ਜੀ। ਉਹ ਜਿਹੜੇ ਨੇ ਮੇਜਰ ਦੇ ਅੰਡਰ ਕਿਸੇ ਨੂੰ ਵੀ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗੈਦਰਿੰਗ ਨੂੰ ਘਟਾ ਸਕਦੇ ਨੇ, ਰੈਸਟੋਰੈਂਟ ਬੰਦ ਕਰਾ ਸਕਦੇ ਨੇ, ਜਾਂ ਇਸ ਤੋਂ ਇਲਾਵਾ ਜਿਹੜੀ ਜਿੱਥੇ ਜਿੱਥੇ ਸਰਵਿਸਿਜ਼ ਦੀ ਜ਼ਿਆਦਾ ਜ਼ਰੂਰਤ ਹੈ ਉਸ ਪਾਸੇ ਕਰ ਸਕਦੇ ਨੇ। ਇਹ ਫਲੈਕਸੀਬਿਲਟੀ ਹੈ, ਪਹਿਲਾਂ ਵੀ ਇਸ ਹਿਸਾਬ ਨਾਲ ਕੰਮ ਚੱਲਦਾ ਰਿਹਾ ਸੀ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਜਿਹੜੀ ਇਸ ਗੱਲ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਬੜੇ ਸੋਹਣੇ ਤਰੀਕੇ ਨਾਲ ਫੋਲੋ ਅਪ ਕੀਤਾ ਜੀ। ਇਹ ਫੈਡਰਲੀ ਅਤੇ ਪ੍ਰੋਵਿੰਸ ਨੇ ਬੜਾ ਸੋਹਣਾ ਕੋਆਰਡੀਨੇਟ ਕੀਤਾ, BC ਦੇ ਵਿੱਚ ਜਿਹੜੀ ਹੈ ਸਰਕਾਰ ਅਤੇ ਇਹਨਾਂ ਦਾ ਜਿਹੜੇ ਮੰਤਰੀ ਪਲੱਸ ਜਿਹੜੇ ਨੇ ਇਹਨਾਂ ਦੇ ਚੀਫ ਮੈਡੀਕਲ ਆਫਿਸਰ, ਪਬਲਿਕ ਹੈਲਥ ਆਫਿਸਰ, ਬੜੇ ਸੋਹਣੇ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਕੀਤਾ। ਪਰ ਉਹ ਗੱਲਾਂ ਜਿਹੜੀਆਂ ਨੇ ਸਾਰੀਆਂ ਨੇ, ਕਈ ਗੱਲਾਂ ਨੇ ਕਿ ਜਿਹੜੀਆਂ ਸਰਕਾਰ ਦੀ ਕਰਨ ਵਾਲੀਆਂ, ਕਈ ਗੱਲਾਂ ਸਾਡੀ ਕਮੇਟੀ ਦੇ ਕਰਨ ਵਾਲੀਆਂ। ਬਿਲਕੁਲ, ਜਿਹੜਾ ਮੋਸਟ ਇੰਪੋਰਟੈਂਟ ਥਿੰਗ ਜਿਹੜਾ ਅਸੀਂ ਜਾਂ ਮੈਂ ਜਾਂ ਤੁਸੀਂ ਕਰ ਸਕਦੇ ਹਾਂ ਜੀ, ਹੁਣ ਅਸੀਂ ਆਪਾਂ ਦੋਨੋਂ ਬੈਠੇ ਹਾਂ ਜੀ, ਸਾਡਾ ਡਿਸਟੈਂਸ ਕਿੰਨਾ? ਬਹੁਤ ਘੱਟ ਹੈ, ਬਹੁਤ ਘੱਟ ਹੈ। ਦੈਟ ਹੈਜ਼ ਟੂ ਬੀ ਇਨਕਰੀਜ਼ਡ। ਸੋ ਉਹੀ ਮੇਰਾ ਸਵਾਲ ਹੈ, ਸੋਸ਼ਲ ਡਿਸਟੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਹਰ ਚੈਨਲ ਦੇ ਉੱਤੇ ਇਹੀ ਕਿਹਾ ਜਾ ਰਿਹਾ ਕਿ ਇਨਕਰੀਜ਼ ਦ ਸੋਸ਼ਲ ਡਿਸਟੈਂਸ, ਪਰ ਆਪਣੀ ਕਮਿਊਨਿਟੀ 'ਚ ਅਜੇ ਤੱਕ ਇਸ ਦਾ ਅਸਰ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਤੁਸੀਂ ਵੀ ਹਰ ਰੋਜ਼, ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਵੀ ਆਉਂਦੇ ਨੇ, ਤੁਸੀਂ ਡੀਲ ਕਰਦੇ ਹੋ। ਸੋਸ਼ਲ ਡਿਸਟੈਂਸ ਦੀ ਕਿਉਂ ਇੰਪੋਰਟੈਂਸ ਹੈਗੀ ਅਤੇ ਕਿਉਂ ਤੁਸੀਂ ਸਾਰੇ ਮੈਡੀਕਲ ਫਰਟਰਨਿਟੀਜ਼ ਉੱਤੇ ਫੋਕਸ ਕਰ ਰਹੇ? ਦੇਖੋ, ਇਹ ਜਿਹੜੀ ਹੈ ਨਾ ਤਕਲੀਫ, ਇਹ ਫੈਲਦੀ ਹੈ ਖੰਘਣ ਦੇ ਨਾਲ ਜੀ। ਜ਼ੁਕਾਮ ਹੋਏ ਤਾਂ, ਬੁਖਾਰ ਹੋਏ, ਜਦੋਂ ਅਸੀਂ ਖੰਘਣਾ ਅਤੇ ਉਹ ਜਿਹੜੇ ਡਰੋਪਲੈਟਸ ਨੇ ਨਾ ਜੀ, ਉਹਨਾਂ ਨੇ ਜਾਣਾ ਹਵਾ ਦੇ ਵਿੱਚ, ਰਾਈਟ? ਅਤੇ ਜਿਹੜੇ ਡਰੋਪਲੈਟ ਨੇ ਉਹ ਕਿੰਨੀ ਵੀ ਤੁਸੀਂ ਜ਼ੋਰ ਨਾਲ ਖੰਘੋਗੇ ਅਤੇ ਕਮ ਸੇ ਕਮ ਉਹਨਾਂ ਨੇ, ਜੇ ਮੈਂ ਹੁਣ ਕਰਾਂ ਤੁਹਾਡੇ ਤੱਕ ਪਹੁੰਚ ਜਾਣਾ, ਨੋ ਡਾਊਟ, ਸਾਡੇ ਟੇਬਲ 'ਤੇ ਵੀ ਹੋਣੇ ਨੇ, ਤੁਹਾਡੇ ਪੇਪਰ 'ਤੇ ਵੀ ਚਲੇ ਜਾਣੇ, ਤੁਹਾਡੇ ਕੰਪਿਊਟਰ 'ਤੇ ਵੀ ਚਲੇ ਜਾਣੇ ਜੀ। ਸੋ ਜਿਹੜੀ ਉਹ ਡਰੋਪਲੈਟ ਨੇ, ਜਿਹੜੀ ਵਾਇਰਸ ਹੈ ਨਾ, ਉਹ ਡਰੋਪਲੈਟਸ ਦੇ ਵਿੱਚ ਹੁੰਦੀ ਹੈ, ਉਹ ਫਿਰ ਅਸੀਂ ਨੋਜ਼ ਨੂੰ ਜਾਂ ਅੱਖਾਂ ਨੂੰ ਜਾਂ ਬਾਡੀ ਦੇ ਕਿਸੇ ਹਿੱਸੇ ਦੇ ਕਰਾਂਗੇ ਟੱਚ, ਅਤੇ ਉਹਨੇ ਚਲੇ ਜਾਣਾ ਅੰਦਰ। ਸੋ ਜਿਹੜੇ ਡਰੋਪਲੈਟਸ ਨੇ, ਉਹ ਆਪਾਂ 1 ਮੀਟਰ ਤੋਂ ਬਹੁਤ ਨਹੀਂ ਦੂਰ ਖੜ ਸਕਦੇ। ਸੋ ਐਟਲੀਸਟ 1 ਮੀਟਰ, 1.5 ਮੀਟਰ ਦਾ ਡਿਸਟੈਂਸ ਰੱਖੋ, ਪ੍ਰੈਫਰੇਬਲੀ 2 ਮੀਟਰ। ਫਿਰ ਇਹ ਹੁੰਦਾ ਕਿ ਜਿਹੜੀ ਇਹ ਵਾਇਰਸ ਹੈ ਨਾ, ਇਹ ਕੋਈ ਮੀਜ਼ਲ ਮੰਪਸ ਵਾਲਾ ਦੇ ਕੰਮ ਹੈ ਨਹੀਂ ਵੀ ਹਵਾ 'ਚ ਜਾਣਾ, ਇਹਨੇ ਐਕਚੁਲੀ ਡਰੋਪਲੈਟਸ ਦੇ ਵਿੱਚੋਂ ਹੀ ਜਾਣਾ। ਇਹਨਾਂ ਨਾਲ ਬਾਡੀ ਵਿੱਚ ਐਂਟਰ ਹੋ ਕੇ ਅਤੇ ਫਿਰ ਇਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ। ਕੰਮ ਕਿਸ ਤਰ੍ਹਾਂ ਕਰਦੀ ਹੈ ਕਿ ਆਪਣਾ ਇਹ ਇਹਦਾ ਹੈਗਾ ਇਨਕੋਬੇਸ਼ਨ ਪੀਰੀਅਡ ਕੋਈ 14 ਦਿਨ ਦਾ ਜੀ। ਉਹਦਾ ਮਤਲਬ ਇਹ ਹੈਗਾ ਜਦੋਂ ਤੁਹਾਡੇ ਅੰਦਰ ਵਾਇਰਸ ਗਿਆ ਨੇ, ਮਲਟੀਪਲਾਈ ਕਰਨਾ ਹੋ ਸਕਦਾ 3-4-5-6 ਦਿਨਾਂ ਬਾਅਦ ਇਹਦਾ ਪੂਰੀ ਐਕਟੀਵਿਟੀ ਹੋਏ, ਅਤੇ 14 ਦਿਨ ਤੱਕ ਦਾ ਮੈਕਸੀਮਮ ਹੋ ਸਕਦਾ ਚਾਂਸ। ਉਸ ਟਾਈਮ ਦੇ ਵਿੱਚ ਤੁਹਾਨੂੰ ਵੀ ਪ੍ਰੋਬਲਮ ਆ ਸਕਦੀ ਹੈ, ਅਤੇ ਜਿਹੜਾ ਤੁਸੀਂ ਕਿਸੇ ਨੂੰ ਮਿਲਣਾ ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ। ਸੋ ਇਸੇ ਕਰਕੇ ਕਹਿ ਰਹੇ ਨੇ ਵੀ ਡਿਸਟੈਂਸ ਤਾਂ ਬਹੁਤ ਇੰਪੋਰਟੈਂਟ ਹੈ, ਪਰ ਨਾਲ ਜਿਹੜਾ ਨਾ ਤੁਹਾਡਾ ਇਨਕੋ ਜਿਹੜਾ ਆਈਸੋਲੇਸ਼ਨ ਹੈ ਬੜੀ ਇੰਪੋਰਟੈਂਟ ਹੈ। ਆਈਸੋਲੇਸ਼ਨ ਹੁਣ ਕਿਸ ਤਰ੍ਹਾਂ ਆਪਾਂ ਕਰਾਂਗੇ? ਫੋਰ ਐਗਜ਼ਾਮਪਲ, ਤੁਸੀਂ ਤੁਹਾਡੇ ਘਰ ਦੇ ਵਿੱਚ ਇੱਕ ਮੈਂਬਰ ਹੈਗੀ ਹੈ, ਅਤੇ ਘਰ ਤੁਹਾਡਾ ਛੋਟਾ, ਅਤੇ 1.5 ਮੀਟਰ 'ਤੇ ਕਿਸ ਤਰ੍ਹਾਂ ਕੰਮ ਚੱਲਣਾ? ਰਾਈਟ। ਸੋ ਯੂ ਹੈਵ ਟੂ ਥੋੜ੍ਹਾ ਜਿਹਾ ਤੁਹਾਨੂੰ ਸੈਪਰੇਟ ਕਰਨਾ ਪੈਣਾ, ਤੁਹਾਨੂੰ ਜਿਹੜਾ ਆਪਣਾ ਵਾਸ਼ਰੂਮ ਵਗੈਰਾ ਸੈਪਰੇਟ ਕਰਕੇ, ਅਤੇ ਜਿਹੜੇ ਥੋੜ੍ਹਾ ਜਿਹਾ ਜਿਹੜਾ ਨਾ ਕਮਿਊਨੀਕੇਸ਼ਨ ਵੀ ਘੱਟ ਕਰਨਾ ਪੈਣਾ। ਸੋ ਉਹ ਤੁਸੀਂ ਸਪਰੈਡ ਜਿਹੜਾ ਘੱਟ ਕਰ ਸਕਦੇ ਹੋ, ਪਰ ਜਿਹੜੀ ਬੇਸਿਕ ਹਾਈਜੀਨ ਹੈ ਉਹ ਇੰਪੋਰਟੈਂਟ ਹੈ। ਫੋਰ ਐਗਜ਼ਾਮਪਲ ਕਿ ਡਰੋਪਲੈਟਸ ਜਿਹੜੇ ਨੇ ਜਿਹੜੇ ਇੱਥੇ ਡਿੱਗੇ, ਉਹਨੂੰ ਸਾਫ਼ ਕਰਨਾ ਪਾਣੀ ਦੇ ਨਾਲ, ਸੋਪ ਦੇ ਨਾਲ, ਜੇ ਅਲਕੋਹਲ ਰਬ ਹੈਗੀ ਉਹਦੇ ਨਾਲ ਸਾਫ਼ ਕਰ ਲਓ, ਜਾਂ ਕੋਈ ਜਿਹੜੇ ਸੈਨੀਟੇਸ਼ਨ ਦਾ ਹੋਰ ਚੀਜ਼ਾਂ ਘਰ 'ਚ ਪਈਆਂ ਨੇ। ਪਰ ਜਿਹੜਾ ਹੱਥ ਸਾਫ਼ ਕਰਨੇ ਉਹ ਬੜੇ ਇੰਪੋਰਟੈਂਟ ਨੇ, ਜਿਸ ਤਰ੍ਹਾਂ ਸਰਜਨ ਕਰਦੇ ਨੇ ਹੱਥ ਸਾਫ਼, ਉਸ ਤਰੀਕੇ ਨਾਲ। ਇਸ ਤਰ੍ਹਾਂ ਨਹੀਂ ਵੀ ਪਾ ਕੇ ਚਿੱਟੇ ਮਾਰ ਕੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਕੇ ਅੱਗੇ ਜਾਓ, ਇਹ ਵੋਂਟ ਵਰਕ ਦੈਟ ਵੇ। ਰਾਈਟ। ਤੁਹਾਨੂੰ ਸੋਪ 'ਤੇ ਲਾ ਕੇ, ਪਾਣੀ ਲਾ ਕੇ ਅਤੇ ਰਬ ਕਰਨਾ ਪੈਣਾ ਫਰੰਟ ਤੋਂ, ਐਂਡ ਦੈਨ ਮਿਡਲ ਦੇ ਵਿੱਚ, ਕਮ ਸੇ ਕਮ 20 ਸੈਕਿੰਡ। ਰਾਈਟ। ਸੋ ਕੋਈ ਵੀ ਆਪਣਾ ਵਾਸ਼ ਕਰ ਲਓ ਯੂਟਿਊਬ 'ਤੇ ਵੀ ਕਿਸ ਤਰ੍ਹਾਂ ਹੱਥ ਵਾਸ਼ ਕਰਨੇ ਜੀ, ਡਰਾਈ ਕਰਨੇ, ਇਸੇ ਤਰੀਕੇ ਨਾਲ ਜਿਹੜੇ ਸਰਫੇਸ ਨੇ ਉਹਨਾਂ ਨੂੰ ਵਾਸ਼ ਕਰਨਾ ਪੈਣਾ, ਕਲੀਨ ਕਰਨਾ ਪੈਣਾ। ਖਾਸ ਕਰਕੇ ਜੇ ਤੁਸੀਂ ਕਿਚਨ ਵਿੱਚ ਓਪਰੇਟ ਕਰਦੇ ਹੋ, ਉੱਥੇ ਵੀ ਤੁਹਾਨੂੰ ਕਰਨਾ ਪੈਣਾ। ਰਾਈਟ। ਹੁਣ ਇਹਦੇ ਵਿੱਚੋਂ ਸੈਕਿੰਡ ਜਿਹੜੀ ਗੱਲ
ਇਹ ਬਹੁਤ ਘੱਟ ਹੈਗੀ ਆ ਜੇ ਅੱਜ ਬੀ ਸੀ ਵਿੱਚ 180 ਕੇਸ ਨੇ ਪਰ ਇਸ ਇਹ ਵੀ ਭੁਲੇਖਾ ਕਿਉਂਕਿ ਟੈਸਟ ਲੋਕਾਂ ਦੇ ਹੋਏ ਨਹੀਂ ਸਾਰਿਆਂ ਦੇ ਨਾ ਹੀ ਸਾਰਿਆਂ ਦੇ ਟੈਸਟ ਹੋਣੇ ਪੋਸੀਬਲ ਨੇ ਓਕੇ ਇਹ ਕਿਉਂਕਿ ਇੱਕ ਤਾਂ ਵੀ ਐਕਸਪੈਂਸਿਵ ਕੰਮ ਹੈ ਸੈਕਿੰਡ ਹੈਗਾ ਵੀ ਟੈਸਟ ਕਰਕੇ ਫਿਰ ਕੀ ਕਰਨਾ ਆਪਣੇ ਜੇ ਤੁਹਾਨੂੰ ਸ਼ੱਕ ਹੈ ਤੇ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਘਰ ਰਹੋ ਆਈਸੋਲੇਟ ਕਰੋ ਆਈਸੋਲੇਟ ਕਰੋ ਆਈਸੋਲੇਟ ਕਰੋ ਅਤੇ ਇਹਦੀ ਟ੍ਰੀਟਮੈਂਟ ਇੱਕੋ ਹੀ ਹੈ ਪ੍ਰਿਵੈਂਟ ਕਰੋ ਪ੍ਰਿਵੈਂਟ ਕਰੋ ਪ੍ਰਿਵੈਂਟ ਕਰੋ ਰਾਈਟ ਨਾ ਇਹਦੀ ਕੋਈ ਐਂਟੀਵਾਇਰਲ ਮੈਡੀਕੇਸ਼ਨ ਹਰਪ੍ਰੀਤ ਅਤੇ ਨਾ ਇਹਦਾ ਕੋਈ ਵੈਕਸੀਨ ਬਣਿਆ ਰਾਈਟ ਬਾਕੀ ਜਿਹੜਾ ਸੈਕਿੰਡ ਗੱਲ ਹੈ ਜਿਹੜਾ ਕਿ ਜਿਹੜੀ ਮੈਂ ਸਮਝਣੀ ਉਹ ਵੀ ਖਤਰਨਾਕ ਕੰਮ ਹੈ ਅਤੇ ਆਪਾਂ ਨੂੰ ਆਪਣੀ ਕਮਿਊਨਿਟੀ ਵਿੱਚ ਸਮਝ ਨਹੀਂ ਆ ਰਹੀ ਵੀ ਇਹ ਕੰਮ ਜਿਹੜਾ ਉਹ ਕਹਿੰਦੇ ਨੇ ਮੈਨੂੰ ਨਹੀਂ ਹੋਣਾ ਮੈਨੂੰ ਕਿਸ ਤਰ੍ਹਾਂ ਹੋ ਸਕਦਾ ਮੈਂ ਚੰਗਾ ਵਾਲਾ ਫਿੱਟ ਹੈ ਪਰ ਤੁਹਾਨੂੰ ਤਕਲੀਫ ਭਾਵੇਂ ਨਾ ਹੋਏ ਪਰ ਤੁਸੀਂ ਕੈਰੀਅਰ ਬਣ ਕੇ ਕਿਸੇ ਹੋਰ ਨੂੰ ਤੱਕ ਪਹੁੰਚਾ ਸਕਦੇ ਰਾਈਟ ਸੋ ਜੇ ਤੁਹਾਡੇ ਘਰ ਵਿੱਚ ਸੀਨੀਅਰ ਮੈਂਬਰ ਨੇ ਦੈਨ ਯੂ ਹੈਵ ਟੂ ਹੈਵ ਏ ਡਿਸਟੈਂਸ ਰਾਈਟ ਜਿਹੜਾ ਜਿਹੜਾ ਸੋਸ਼ਲ ਡਿਸਟੈਂਸ ਹੈ ਪਲੱਸ ਜਿਹੜੀ ਤੁਹਾਡੀ ਵੇ ਆਫ ਟਾਕਿੰਗ ਟੂ ਦੈਮ ਔਰ ਸਟੇਇੰਗ ਅਵੇ ਫਰੋਮ ਏ ਐਟਲੀਸਟ ਫਾਰ ਮੀਟਰ ਔਰ ਮੀਟਰ ਐਂਡ ਹਾਫ ਉਹ ਤੁਹਾਨੂੰ ਕਰਨਾ ਪੈਣਾ ਦੈਟ ਇਜ਼ ਅ ਮਸਟ ਦੇਰ ਇਜ਼ ਨੋ ਸੈਕਿੰਡ ਆਪਸ਼ਨ ਸੈਕਿੰਡ ਕੰਮ ਜਿਹੜਾ ਯੂ ਡੋਂਟ ਨੀਡ ਟੂ ਗੋ ਆਊਟ ਜੀ ਜਾ ਕੇ ਵੀ ਇਫ ਯੂ ਡੋਂਟ ਹੈਵ ਟੂ ਜਿਹੜੇ ਪ੍ਰੋਫੈਸ਼ਨਲ ਨੇ ਜਿਹੜੇ ਕੰਮ ਕਰਦੇ ਪਏ ਨੇ ਹੈਲਥ ਕੇਅਰ ਸੈਕਟਰ ਦੇ ਵਿੱਚ ਫਸਟ ਜਿਹੜੇ ਰਿਸਪੋਂਡਰ ਨੇ ਉਹਨਾਂ ਵਾਸਤੇ ਉਹਨਾਂ ਕਿਹਾ ਵੀ ਤੁਹਾਨੂੰ ਜੇ ਕੰਮ 'ਤੇ ਜਾਣਾ ਪੈਣਾ ਦੈਨ ਯੂ ਹੈਵ ਟੂ ਪ੍ਰੋਟੈਕਟ ਯੂਰਸੈਲਫ ਰਾਈਟ ਅਤੇ ਪ੍ਰੋਟੈਕਸ਼ਨ ਦਾ ਕਿ ਤੁਹਾਨੂੰ ਮਾਸਕ ਵਗੈਰਾ ਲਾ ਕੇ ਆਪਣੇ ਹੱਥ ਵਾਸ਼ ਜਿਹੜੇ ਕਰਨੇ ਰੈਗੂਲਰਲੀ ਉਹ ਸਾਰੇ ਕਰਦੇ ਨੇ ਜੀ ਪਰ ਗੱਲ ਆਉਂਦੀ ਵੀ ਜਦ ਮਾਸਕ ਦੀ ਇਹ ਪੁੱਛਿਆ ਸੀ ਮਾਸਕ ਕਿਉਂ ਸਾਰੇ ਲਾਈ ਫਿਰਦੇ ਨਾ ਹੀ ਕਿਸੇ ਨੂੰ ਲਾਉਣ ਦੀ ਜ਼ਰੂਰਤ ਹੈ ਸਾਰਿਆਂ ਨੂੰ ਅਤੇ ਨਾ ਹੀ ਸਾਰਿਆਂ ਨੂੰ ਬੰਦ ਕਰਨ ਦੀ ਰਾਈਟ ਇਫ ਯੂ ਆਰ ਇਨ ਅ ਪ੍ਰੋਫੈਸ਼ਨ ਜਿੱਥੇ ਤੁਹਾਨੂੰ ਕਿਸੇ ਨਾਲ ਮਿਲਣਾ ਪੈਣਾ ਐਜ਼ ਏ ਰਿਪੋਰਟਰ ਤੁਸੀਂ ਜਿਹੜਾ ਨਾ ਜਦੋਂ ਕਿਸੇ ਨੂੰ ਮਿਲਦੇ ਹੋ ਉਹਨਾਂ ਨਾਲ ਇੰਟਰਵਿਊ ਕਰਦੇ ਹੋ ਤਾਂ ਉਹਨਾਂ ਨੂੰ ਪੁੱਛਣਾ ਤਾਂ ਪੈਣਾ ਵੀ ਤੁਹਾਨੂੰ ਕੋਈ ਬੁਖਾਰ ਵਗੈਰਾ ਜ਼ੁਕਾਮ ਨਹੀਂ ਫਿਰ ਤੁਹਾਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਪੈਣਾ ਇਸ ਤਰ੍ਹਾਂ ਹੀ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਕਰਨੀ ਪੈਂਦੀ ਹੈ ਸੋ ਪਰ ਜੇ ਤੁਸੀਂ ਹੈਲਥੀ ਹੋ ਫਿਰ ਮਾਸਕ ਲਾ ਕੇ ਤਾਂ ਫਿਰਨ ਦਾ ਕੋਈ ਮਤਲਬ ਨਹੀਂ ਫੈਸ਼ਨ ਤਾਂ ਹੈ ਕੋਈ ਨਹੀਂ ਬਿਲਕੁਲ ਅਤੇ ਬਾਕੀ ਬਟ ਪ੍ਰੀਕੋਸ਼ਨ ਜਿਹੜੀ ਤੁਸੀਂ ਕਹੀ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਵਿੱਚ ਕਿਉਂਕਿ ਡਾਕਟਰ ਸਾਹਿਬ ਰੋਜ਼ ਇੰਟਰੈਕਟ ਕਰਦੇ ਨੇ ਬਹੁਤ ਸਾਰੇ ਪੇਸ਼ੈਂਟਸ ਨਾਲ ਅਜੇ ਵੀ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ ਜਿਹੜੀ ਤੁਸੀਂ ਬਾਰ ਬਾਰ ਇਹ ਦੁਹਾਈ ਪਾ ਰਹੇ ਹੋ ਕਿ ਸੋਸ਼ਲ ਡਿਸਟੈਂਸ ਕਰੋ ਸੈਲਫ ਆਈਸੋਲੇਸ਼ਨ ਵਿੱਚ ਚਲੇ ਜਾਓ ਜੇਕਰ ਤੁਸੀਂ ਬਾਹਰਲੇ ਮੁਲਕ 'ਚੋਂ ਆਏ ਹੋ ਇਹ ਗੱਲ ਸਾਨੂੰ ਅਪਣਾਉਣੀ ਚਾਹੀਦੀ ਹੈ ਸਾਨੂੰ ਇਹ ਨਹੀਂ ਸਮਝਣ ਦੀ ਲੋੜ ਕਿਉਂਕਿ ਅੱਜ ਵੀ ਲੋਕਾਂ ਨਾਲ ਜਦੋਂ ਗੱਲਬਾਤ ਹੋਈ ਮੈਂ ਮਾਰਕੀਟ ਗਿਆ ਉਹ ਸਾਨੂੰ ਥੋੜ੍ਹਾ ਕੁਝ ਹੋਣਾ ਅਸੀਂ ਤਾਂ ਸਟਰੋਂਗ ਹੈਗੇ ਹਾਂ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਕਿਸੇ ਨੂੰ ਵੀ ਹੋ ਸਕਦਾ ਹੈ ਸੋ ਟੂ ਬੀ ਵੈਰੀ ਕੇਅਰਫੁਲ ਅਬਾਊਟ ਇਟ ਉਸ ਦੇ ਨਾਲ ਡਾਕਟਰ ਸਾਹਿਬ ਆਈਲ ਓਪਨ ਅਪ ਦ ਲਾਈਨਸ ਆਲਸੋ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਸਾਡੇ ਕੋਲ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਆਏ ਹੋਏ ਨੇ ਜਿਹੜੇ ਕਿ ਇੱਕ ਅਥਾਰਟੀ ਹੈਗੇ ਨੇ ਮੈਡੀਕਲ ਫੀਲਡ ਦੇ ਵਿੱਚ ਜ਼ਰੂਰ ਫੋਨ ਕਰਕੇ ਤੁਸੀਂ ਆਪਣਾ ਟੈਕਸ ਕਰ ਸਕਦੇ ਹੋ ਅਤੇ ਪੁੱਛ ਸਕਦੇ ਹੋ ਕਿਹੜਾ ਤੁਹਾਡਾ ਸਵਾਲ ਹੈਗਾ ਸੋ ਪਹਿਲਾ ਸਵਾਲ ਹੈਗਾ ਜੀ ਫਾਤਿਮਾ ਸੁਮਾਰ ਪੁੱਛ ਰਹੇ ਹੈਗੇ ਨੇ ਕਿ ਪ੍ਰੋਬਾਇਓਟਿਕਸ ਜਿਹੜੇ ਹੈਗੇ ਨੇ ਉਹ ਵਰਤਣ ਦੇ ਨਾਲ ਕੋਈ ਫਰਕ ਪੈਂਦਾ ਕਿਹੜੇ ਕਿਹੜੇ ਚੀਜ਼ਾਂ ਸਾਨੂੰ ਹੁਣ ਜ਼ਿਆਦਾ ਲੈਣੀਆਂ ਚਾਹੀਦੀਆਂ ਨਹੀਂ ਲੈਣੀਆਂ ਚਾਹੀਦੀਆਂ ਨਾ ਦੇਖੋ ਪਹਿਲੀ ਗੱਲ ਤਾਂ ਵੀ ਕੋਈ ਇਹੋ ਜਿਹੀ ਮੈਡੀਸਨ ਨਾ ਬਣੀ ਹੈ ਤਾਂ ਨਾ ਇਸ ਟਾਈਮ 'ਤੇ ਹੈਗੀ ਹੈ ਕੋਈ ਦੋ ਚਾਰ ਕੰਪਨੀਆਂ ਨੇ ਟਰਾਈ ਕੀਤੀ ਹੈ ਕਿ ਡਿਫਰੈਂਟ ਐਂਟੀਵਾਇਰਲ ਮੈਡੀਕੇਸ਼ਨ ਟ੍ਰਾਇਲ ਚੱਲ ਰਹੇ ਉਹ ਗੱਲ ਨਹੀਂ ਬਣੀ ਅਤੇ ਉਹਦੇ ਵੈਕਸੀਨੇਸ਼ਨ ਲਈ ਵੀ ਇੱਕ ਦੋ ਕੰਪਨੀਆਂ ਟਰਾਈ ਕਰਦੀਆਂ ਪਈਆਂ ਨੇ ਉਹਨਾਂ ਆਉਂਦਿਆਂ ਲੱਗਣੇ 6 ਮਹੀਨੇ ਤੋਂ ਜ਼ਿਆਦਾ ਪ੍ਰੋਬਾਇਓਟਿਕ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਉਹ ਵੈਸੇ ਤੁਸੀਂ ਲੈਣਾ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਨ ਲਈ ਪਰ ਨਾਲ ਮੈਂ ਸਮਝਣਾ ਵੀ ਵਾਈਟਾਮਿਨ ਡੀ ਦਾ ਪ੍ਰੋਬਲੀ ਬੈਟਰ ਰੋਲ ਹੈ ਓਕੇ ਉਹ ਜੇ ਤੁਸੀਂ ਵਾਈਟਾਮਿਨ ਡੀ ਦੀ ਡੈਫੀਸ਼ੀਐਂਸੀ ਜਾਂ ਵਾਈਟਾਮਿਨ ਡੀ ਜਿਹੜਾ ਫਲੂ ਥੋੜ੍ਹਾ ਫਾਈਟ ਕਰਨ 'ਚ ਮਦਦ ਕਰਦਾ ਜੀ ਵਾਈਟਾਮਿਨ ਸੀ ਲਓ ਵਾਈਟਾਮਿਨ ਡੀ 'ਤੇ ਫੋਕਸ ਕਰੋ ਪਰ ਓਵਰਆਲ ਜਿਹੜਾ ਨਾ ਕੋਈ ਇਹੋ ਜਿਹੀ ਪਿਲ ਨਹੀਂ ਵੀ ਅੱਜ ਤੁਸੀਂ ਪ੍ਰੋਬਾਇਓਟਿਕ ਦੀ ਗੋਲੀ ਲੈਣੀ ਜਾਂ ਤੁਸੀਂ ਆਪਣਾ ਉਹ ਦਹੀਂ ਲੈਣਾ ਅਤੇ ਤੁਸੀਂ ਠੀਕ ਹੋ ਜਾਣਾ ਜੀ ਇਹ ਬਿਲਕੁਲ ਤੁਹਾਡੇ ਦਿਮਾਗ ਦੀ ਗਲਤ ਫਹਿਮੀ ਹੈ ਬਟ ਯੂ ਕੈਨ ਐਕਚੁਅਲੀ ਲਰਨ ਫਰੋਮ ਦਿਸ ਐਕਸਪੀਰੀਅੰਸ ਐਂਡ ਹੈਵ ਯੂਰ ਲਾਈਫ ਸਟਾਈਲ ਮੇਕ ਸਮ ਚੇਂਜਿਸ ਤੁਹਾਡਾ ਦੇਖੋ ਡਾਇਟ ਦਾ ਫਰਕ ਚਾਹੀਦਾ ਹਮੇਸ਼ਾ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਜਿਹੜੀ ਜਿੰਨੇ ਐਂਟੀ ਆਕਸੀਡੈਂਟਸ ਨੇ ਜਿੰਨੀ ਐਂਟੀ ਇਨਫਲਾਮੇਟਰੀ ਮੈਡੀਕੇਸ਼ਨ ਨੇ ਸਾਰੀਆਂ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਦੇ 'ਤੇ ਤੁਹਾਨੂੰ ਫੋਕਸ ਕਰਨਾ ਪੈਣਾ ਅਤੇ ਸੈਕਿੰਡ ਹੈਗਾ ਵੀ ਜਿਹੜਾ ਅਗੇਨ ਜਿਹੜੀਆਂ ਨਾ ਆਈਸੋਲੇਸ਼ਨ ਅਤੇ ਡਿਸਟੈਂਸ ਕਰਨਾ ਆਪਣੀ ਪਰਸਨਲ ਹਾਈਜੀਨ ਕਰਨੀ ਪਰ ਇਹਦੇ ਨਾਲ ਨਾਲ ਜਿਹੜਾ ਇਸ ਸਮੇਂ ਦੇ ਵਿੱਚ ਸਿੱਖਣਾ ਇੱਕ ਹੋਰ ਗੱਲ ਹੈ ਕਿ ਜਿਹੜਾ ਇਹ ਸਾਰੇ ਪੁੱਛਦੇ ਨੇ ਵਾਇਰਸ ਕੀ ਹੈ ਇਹ ਜਿਹੜੀ ਵਾਇਰਸ ਹੈ ਇਹ ਕਰੋਨਾ ਫੈਮਿਲੀ ਦੀ ਇੱਕ ਵਾਇਰਸ ਵਿੱਚੋਂ ਚੱਲੀ ਹੈ ਇਹ ਜਿੱਥੋਂ ਚੱਲੀ ਸੀ ਪਹਿਲਾਂ ਆਮ ਤੌਰ 'ਤੇ ਜਿਹੜੀਆਂ ਨਾ ਕਈ ਵਾਰੀ ਮੈਂ ਇਨਸਾਨ ਤੋਂ ਇਨਸਾਨ ਦੀ ਹੁੰਦੀ ਹੈ ਇਹ ਥੋੜ੍ਹੀ ਜਿਹੀ ਮਿਕਸ ਅਪ ਹੋ ਗਈ ਰਾਈਟ ਅਤੇ ਇਹਦਾ ਕਲੀਅਰ ਨਹੀਂ ਹੋਇਆ ਵੀ ਕਿਹੜੇ ਜਾਨਵਰ ਤੋਂ ਆਈ ਹੈ ਪਰ ਇਸੇ ਕਰਕੇ ਜਿਹੜੀ ਹੈ ਸੋ ਕਾਲ ਇਹ ਹਾਈਬ੍ਰਿਡ ਜੀ ਜਿਹੜੀ ਵਾਇਰਸ ਹੈ ਇਹਦੀ ਸਾਡੇ ਲੋਕਾਂ 'ਚ ਇਮਿਊਨਿਟੀ ਹੈ ਨਹੀਂ ਕਿਸੇ 'ਚ ਵੀ ਸੋ ਜਿਹੜੇ ਆਪਣੇ ਲੋਕ ਕਹਿ ਰਹੇ ਨੇ ਵੀ ਉਹ ਕੰਮ ਬਿਲਕੁਲ ਉਹਨਾਂ ਦੀ ਗਲਤ ਸੋਚ ਹੈ ਮੈਂ ਤਾਂ ਇਹਦੇ ਵਿੱਚ ਪਿੱਛੇ ਗੱਲ ਕੀਤੀ ਹੈ ਇਹ ਐਵਰੇਜ ਫਲੂ ਨਹੀਂ ਹੈਗਾ ਰਾਈਟ ਬਟ ਇਫ ਯੂ ਆਰ ਓਲਡਰ ਪਰਸਨ ਇਫ ਯੂ ਹੈਵ ਏ ਯੂ ਆਰ ਮੋਰ ਪ੍ਰੋਨ ਟੂ ਇਟ ਯਾ ਇਫ ਯੂ ਹੈਵ ਏ ਕਰੋਨਿਕ ਇਲਨੈਸ ਯੂ ਹੈਵ ਏ ਡਾਇਬੀਟੀਜ਼ ਕਿਡਨੀ ਪ੍ਰੋਬਲਮ ਰੀਨਲ ਫੇਲਿਅਰ ਯੂ ਆਰ
you are above 65 or 70 men on the show. So I should be more careful. Right. But at the same time, if you are healthy, if your immune system is better, right. If you use the proper personal hygiene, mm-hmm. you have a full protection and you have got all the things done which are necessary, and also you're keeping your house clean, your right. place of work clean, mm-hmm. and I think we have less chances of having a problem. Right. ਡਾਕਟਰ ਸਾਹਿਬ ਤੁਸੀਂ ਡਾਇਟ ਦੀ ਜਿੱਥੇ ਗੱਲ ਕੀਤੀ ਮੇਰੇ ਕੋਲ ਸਵਾਲ ਆਇਆ ਕਿ ਸ਼ੁੱਡ ਪੀਪਲ ਵੀ ਈਟਿੰਗ ਆਊਟ ਔਰ ਗੈਟਿੰਗ ਟੇਕ ਆਊਟ ਬਾਹਰ ਜਾ ਕੇ ਖਾਣ ਦੀ ਜਿਹੜਾ ਸਾਨੂੰ ਰਿਵਾਜ਼ ਹੈਗਾ ਇਸ ਸਮੇਂ ਦੌਰਾਨ ਕੀ ਰਿਕਮੈਂਡੇਸ਼ਨਸ ਦਿਓਗੇ ਬਿਲਕੁਲ ਉਹਨਾਂ ਨੇ ਕਹਿ ਰਹੇ ਵੀ ਤੁਸੀਂ ਇਸ ਗੱਲ ਤੋਂ ਬਚੋ ਰਾਈਟ ਕਿਉਂਕਿ ਗੈਦਰਿੰਗ ਦੀ ਗੱਲ ਹੈ ਹੁਣ ਜਾ ਕੇ ਤੁਸੀਂ ਰੈਸਟੋਰੈਂਟ ਵਿੱਚ ਜਾ ਕੇ ਕਿਸ ਤਰ੍ਹਾਂ 2 meter ਤੇ ਬਹਿ ਸਕਦੇ ਹੋ ਸੋ ਸਟੇ ਅਵੇ ਫਰੋਮ ਦੈਟ ਟੇਕ ਆਊਟ ਤੁਸੀਂ ਕਰ ਲਓ ਬਾਕੀ ਹੈਗਾ ਵੀ ਜਿਹੜਾ ਜਿਹੜੇ ਪਲੇਸ ਆਫ ਵਰਸ਼ਿਪ ਨੇ ਉੱਥੇ ਵੀ ਸੇਮ ਇਸ਼ੂ ਆ ਰਿਹਾ ਕਿਉਂਕਿ ਤੁਸੀਂ ਗੁਰਦੁਆਰੇ ਮੰਦਰ ਮੱਸੇ ਜਾਣਾ ਯੂ ਕੈਨ ਜਸਟ ਗੋ ਦੇਅਰ ਐਂਡ ਸਿਟ ਐਟ ਏ 2 meter ਐਬਸੋਲੂਟਲੀ ਵਿਚ ਇਜ਼ ਨਾਟ ਪੋਸੀਬਲ ਸੋ ਯੂ ਹੈਵ ਟੂ ਟੋਟਲੀ ਸਟੇ ਅਵੇ ਫਰੋਮ ਦੋਸ ਥਿੰਗਸ ਸੋ ਇਟਸ ਅਬਾਊਟ ਸਪਿਰਚੁਅਲਿਟੀ ਤਾਂ ਹੈਗਾ ਪਰ ਨਾਲ ਜਿਹੜੀ ਇੰਨਾ ਬੇਵਕੂਫੀ ਕਰਨ ਦਾ ਤਾਂ ਕੋਈ ਮਤਲਬ ਨਹੀਂ ਸਾਡਾ ਕਿਉਂਕਿ ਵੀ ਸ਼ੁੱਡ ਥਿੰਕ ਬਈ If we are not being careful, you are dangerous to others also. Absolutely. And not only to yourself, but to the others also. Others also. Mm-hmm. Oh, they were jada ek and avi minu koi problem nahi. That's mm-hmm. wrong. Right. Second jada na Harpreet maybe, because you meet a lot of people Jee. Out there, you see a lot of people. You are very much involved in the community. So many people from our community go back home. Jee. And they are coming back. Some of them being forced to come back. Yeah. So when you come back, what do? Mm-hmm. You have to stay home. 14 ਦਿਨ ਲਈ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੋ 14 ਡੇਜ਼ ਵਾਸਤੇ ਸੈਲਫ ਆਈਸੋਲੇਸ਼ਨ ਤੁਹਾਨੂੰ ਕਰਨੀ ਪੈਣੀ ਹੈ ਐਂਡ ਇਫ ਯੂ ਹੈਵ ਸੇ ਕਫ ਸੋਰ ਥਰੋਟ ਫੀਵਰ ਸਟੇ ਐਟ ਹੋਮ ਡੋਂਟ ਗੋ ਟੂ ਯੋਰ ਡਾਕਟਰਸ ਆਫਿਸ ਐਂਡ ਡੋਂਟ ਫਲੱਡ ਦ ਆਫਿਸਿਸ ਰਾਈਟ ਐਂਡ ਡੋਂਟ ਗੋ ਟੂ ਦ ਹਸਪੀਟਲ ਕਾਰਨ ਕੀ ਇਹਦਾ ਵੈਰੀ ਸਿੰਪਲ ਬਿਕਾਜ਼ ਵੀ ਵਾਂਟ ਟੂ ਮੇਕ ਸ਼ੋਰ ਜਿਹੜਾ ਸਿਸਟਮ ਹੈ ਨਾ ਜਿਹੜਾ it's available for people who are actually sick right and if we need somebody to go to hospital with pneumonia or infection then mm-hmm. there are places for them to go right. but if you flood the system then we'll have can't cope it up right and I think this is what happened in Italy mm-hmm. a lot of people passed away Gee. and because people mm-hmm. were older and system was not fully right ready so jadon I shuru hoye si virus ਕੈਨੇਡਾ ਵਿੱਚ 5000 ਵੈਂਟੀਲੇਟਰ ਸਾਰੇ ਕੈਲਕੂਲੇਟ ਕੀਤੇ ਸੀ ਜੀ ਤੇ ਹੁਣ ਦੇਖ ਲਓ ਹੁਣ ਸਾਰੀ ਤਿਆਰੀ ਹੋ ਗਈ ਸਾਰੀ ਬਟ ਇਹਦੇ ਤੋਂ ਲੈਸਨ ਕੀ ਮਿਲਦਾ ਦੈਟ ਦੀ ਦੀਸ diseases have no boundaries right. the boundary they have no Absolutely. They are not attached to any ethnicity color race continent it's mm-hmm. all gone are changing so people have to think globally right and how do you think globally you be respectful of other people's space absolutely and I think we should actually learn a lesson from this and the governments have to they have to learn a lesson right you have to prepare for these things in well in advance in future these things are going to be a normal way of life the way things are happening that's our next wala hai kyunki social media da bahut fayda bhi hai par nuksan bhi ho raha hai ਜਿੱਥੇ ਤਾਂ ਜਿਹੜੀ ਸਹੀ ਇਨਫੋਰਮੇਸ਼ਨ ਹੈਗੀ ਹੈ ਜਿਹੜੀ ਮੈਡੀਕਲ ਫਰਟਰਨਿਟੀ ਤੋਂ ਆਉਂਦੀ ਹੈ ਪਰ ਅੱਜ ਅਸੀਂ ਦੇਖਦੇ ਹਾਂ ਨੀਮ ਹਕੀਮ ਵੀ ਜਿਹੜੇ ਹੈਗੇ ਨੇ ਬਹੁਤ ਸਾਰੇ ਅੱਜ ਕੱਲ੍ਹ ਆ ਗਏ ਅੱਗੇ ਇੱਕ ਹੋਰ ਅੱਜ ਬਹੁਤ ਚੱਲ ਰਹੀ ਹੈ ਅੱਜ ਹੀ ਸ਼ਾਇਦ ਤੁਸੀਂ ਵੀ ਦੇਖੀ ਹੋਈ ਕਿ ਐਡਵਿਲ ਲੈਣ ਦੇ ਨਾਲ ਵੈਂਕੂਵਰ ਹਸਪੀਟਲ ਵਿੱਚ 4 ਜਿਹੜੇ ਡਾਕਟਰ ਨੇ ਉਹ ਵੀ ਬਿਮਾਰ ਹੋ ਗਏ ਨੇ ਐਡਵਿਲ ਇਸ ਸਮੇਂ ਲੈਣੀ ਚਾਹੀਦੀ ਹੈ ਜੇਕਰ ਕੋਈ ਇਹੋ ਜਿਹੇ ਸਿੰਪਟਮਸ ਹੈਗੇ ਨੇ ਕਿ ਕੀ ਕਰਨਾ ਚਾਹੀਦਾ ਦੇਖੋ ਬੁਖਾਰ ਨੂੰ ਕੰਟਰੋਲ ਕਰਨ ਲਈ ਐਡਵਿਲ ਟਾਇਨੋਲ ਮੋਟਰੀਨ ਜਾਂ ਜਿਹੜੀਆਂ ਵੀ ਤੁਹਾਨੂੰ ਐਂਟੀ ਇਨਫਲਮੇਟਰੀ ਨੇ ਤੇ ਉਹ ਲੈਣ 'ਚ ਕੋਈ ਹਰਜ ਨਹੀਂ ਠੀਕ ਹੈ ਕਿਉਂਕਿ ਸਿੰਪਟਮ ਤਾਂ ਆਪਾਂ ਨੇ ਟ੍ਰੀਟ ਕਰਨੇ ਰਾਈਟ ਬਾਡੀ ਦਾ ਫਲੂਇਡਸ ਨੂੰ ਪੂਰਾ ਆਪਣੀ ਬਾਡੀ ਦਾ ਫਲੂਇਡਸ ਰੱਖਣੇ ਚਾਹੀਦੇ ਹਨ ਪੂਰੇ ਡਾਇਟ ਤੁਹਾਡੀ ਠੀਕ ਹੋਏ ਇਫ ਯੂ ਆਰ ਡਾਇਬੈਟਿਕ ਮੇਕ ਸ਼ੋਰ ਵੀ ਤੁਹਾਡਾ ਬਲੱਡ ਸ਼ੂਗਰ ਇਜ਼ ਕੰਟਰੋਲ ਰਾਈਟ ਤੁਹਾਡਾ ਬਲੱਡ ਪ੍ਰੈਸ਼ਰ ਮਸਟ ਬੀ ਮਾਸਕ ਵਿਦ ਦੈਮ ਥੋੜੀ ਮਾਸਕ ਔਰ ਗਿਵ ਅ ਮਾਸਕ ਟੂ ਦਾ ਕਸਟਮਰ ਰਾਈਟ ਐਂਡ ਹੈਵ ਹਿਸ ਕੰਟੈਕਟ ਨੰਬਰ ਰਾਈਟ ਬਿਕਾਜ਼ ਆਈ ਥਿੰਕ ਆਵਰ ਪੀਪਲ ਆਰ ਸਮ ਆਫ ਦੈਮ ਦੇ ਆਰ ਟੂ ਪੋਲਾਈਟ ਸਮ ਆਫ ਦੈਮ ਦੇ ਆਰ ਟੂ ਇਸ ਸਮੇਂ ਸਾਨੂੰ ਉਹ ਘਬਰਾਹਟ ਨਹੀਂ ਹੋਣੀ ਚਾਹੀਦੀ ਕਹਿਣ ਦੇ ਵਿੱਚ ਕਿਸੇ ਨੂੰ ਹਿਚਕ ਨਹੀਂ ਹੋਣੀ ਚਾਹੀਦੀ ਕੋਈ ਬੁਰਾ ਨਾ ਮਨਾਏ ਕਿ ਜੀ ਥੋੜ੍ਹਾ ਜਿਹਾ ਡਿਸਟੈਂਸ ਮੇਨਟੇਨ ਰੱਖੋ ਆਪਣੇ ਆਪ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਪੂਰੀ ਪ੍ਰੀਕੋਸ਼ਨ ਜਿਹੜੀਆਂ ਉਹ ਲੈ ਕੇ ਚੱਲਣੀਆਂ ਅੱਛਾ ਇੱਕ ਡਾਕਟਰ ਸਾਹਿਬ ਗੱਲ ਆਉਂਦੀ ਹੈਗੀ ਕਿ ਸੋਸ਼ਲ ਤੁਸੀਂ ਤੁਹਾਡੀ ਤਾਂ ਇਹੀ ਰਿਕਮੈਂਡੇਸ਼ਨ ਕਿ ਜਾਓ ਹੀ ਨਾ ਕੋਸ਼ਿਸ਼ ਕਰੋ ਪਰ ਹੁਣ ਮਾਰਕੀਟ ਜਾਣਾ ਹੈ ਗਰੋਸਰੀ ਸ਼ਾਪਿੰਗ ਲਈ ਜਾਣਾ ਹੈ ਜਾਂ ਹੋਰ ਕਿਤੇ ਜ਼ਰੂਰੀ ਕੰਮ ਹੈਗਾ ਉੱਥੇ ਫਿਰ ਕਿਵੇਂ ਕਿਉਂਕਿ ਜਿਹੜੀ ਤੁਸੀਂ ਟਰਾਲੀਜ਼ ਨੂੰ ਟੱਚ ਕਰ ਰਹੇ ਹੋ ਜਾਂ ਜਿਹੜਾ ਤੁਸੀਂ ਸਮਾਨ ਲੈ ਰਹੇ ਹੋ ਕੀ ਪਤਾ ਉਹ ਵੀ ਕੰਟੈਮੀਨੇਟ ਦੇਖੋ ਦਿਸ ਇਜ਼ ਵੈਰੀ ਵੈਰੀ ਗੁੱਡ ਕੁਐਸਚਨ ਹਰਪ੍ਰੀਤ ਦ ਸੇਮ ਥਿੰਗ ਵਟ ਯੂ ਆਰ ਡੂਇੰਗ ਐਟ ਹੋਮ ਯੂ ਹੈਵ ਟੂ ਡੂ ਆਊਟਸਾਈਡ ਆਲਸੋ ਰਾਈਟ ਬਟ ਯੂ ਕੈਨਟ ਬੀ ਰਿਸਪੋਨਸੀਬਲ ਫਾਰ ਦਾ ਹੋਲ ਪ੍ਰੋਵਿੰਸ ਐਂਡ ਹੋਲ ਕਮਿਊਨਿਟੀ ਯੂ ਸ਼ੁੱਡ ਟੇਕ ਕੇਅਰ ਆਫ ਯੂਅਰ ਇਸ਼ੂਜ਼ ਜੀ ਐਂਡ ਮੇਬੀ ਅਦਰਸ ਵਿਲ ਫਾਲੋ
but you have to clean those surfaces. Right. Keep a sanitation with you. Mm-hmm. A sanitation pad. ਉਹਨਾਂ ਨਾਲ ਸਾਫ ਕਰ ਲਓ ਜੇ ਨਹੀਂ ਹੈਗੇ ਤਾਂ ਐਟਲੀਸਟ ਪਾਣੀ ਨਾਲ ਸਾਫ ਕਰ ਲਓ ਸੋਪ ਨਾਲ ਸਾਫ ਕਰ ਲਓ ਬਟ ਵਾਈ ਡੂ ਯੂ ਹੈਵ ਟੂ ਵਾਈ ਦ ਹੋਲ ਫੈਮਿਲੀ ਹੈਜ਼ ਟੂ ਗੋ ਫਾਰ ਅ ਸ਼ੋਪ ਰਾਈਟ ਵਾਈ ਕੈਨਟ ਯੂ ਸੈਂਡ ਵਨ ਪਰਸਨ ਔਰ ਦੀ ਅਦਰ ਪਰਸਨ ਐਂਡ ਸੈਟ ਅਪ ਅ ਟਾਈਮ ਰਾਈਟ ਐਂਡ ਦੀ ਗਰੋਸਰੀ ਸਟੋਰ ਦੇ ਨੀਡ ਟੂ ਬੀ ਮੋਰ ਕੇਅਰਫੁਲ ਦੇ ਹੈਵ ਟੂ ਪ੍ਰੋਵਾਈਡ ਅ ਸਪੇਸ ਰਾਈਟ ਸੋ ਇਫ ਯੂ ਹੈਵ ਸੀਨ ਆਲ ਦੀ ਸ਼ੋਪਿੰਗ ਫਾਰ ਦ ਲਾਸਟ ਸੇ 3 or 4 ਡੇਜ਼ ਰਾਈਟ and you have seen those line ups and how can you keep a distance mm. and the question comes here why do you need to buy 20 boxes of absolutely toilet paper? Why is this panic about washroom toilet papers yeah. coming ek kyon ho raha hai apne dudh diyan assi kaniyan dekh rahe hain aate store kar rahe hain jahan assi washroom de layi saman jada ja personal hygiene layi cheezan jehdiyan necessity ne gallan suppose assi vich ki we have also done the same thing we have bought few things but not as a bulk mm-hmm. and everyone is doing the same thing Jee. You have to have at least 1 month of supply or 2 months of supply mm-hmm. but you don't need to have a 6 months of supply right and you should not be selling these things online absolutely taking advantage of the misery at this time and I think that's almost criminal mm-hmm. that if you are buying stuff and the selling online right which are the more, at a much higher price at a higher price and that's not acceptable but that's where I think some of our community members they fail all mm-hmm. of us right and they are very good in mm-hmm. a good talk but when it comes to the action implementation some of them is right. I'm not saying all of them but right. there are places where people are complaining right. why this this bori of dal was saved so many dollars and now it's gone up right so I think the other issue here is that mm-hmm. so if we have to learn a lesson the basic lesson is that buy small amounts right and whatever the essential things at home but don't forget to get your medicine right don't forget to have your basic necessities and cleanliness jo karni hai karo baki hega vi bachiyan de naal tuhanu kis tarah hona connection ji aur bachiyan nu tusi kinna touch karna ki karna that you have to think right but fortunately till today koi vi jehde na duniya de vich koi 8-10 saal to kat kise di maut nahi hoyi theek mostly people who have died there above the age of say 70 or 80 mm-hmm. when they had multiple medical problems right so I think overall this is it's getting better right but at the same time people need to be more cautious acha itthe hun doctor sahab gallan di ke of course your expertise in the medical field is well known but in political circles also you have a strong hold ek ashwasan jehda lokan de jehdi holding di gall chal rahi hai ke ji inna sara samaan assi ikattha karke rakh lange te ki canada vich supply chain de vich eh kami aa sakdi hai ke itthe tusi samajhde ho todi government jehdi hai ye system nu sahi tarike chalai jaye dekho eh bilkul gall jehdi hai na so menu ki var any immature job di pe kyunki sadi supply kithon hundi states south their borders are across ho rahe unna kya vi bheje assi ko restriction karni hai par transportation te jehdi important gallan unna te nahi karni diplomat te nahi karni jehde important jehde lokan di responsibility unna te nahi karni right supply chain sadi koi kharab hon wali nahi tel itthon milda pe sab kuch mil reha koi bradri road nahi khan pin da saman milda pe right I think government ne ਕਦੀ ਸਾਡੀ ਗਵਰਨਮੈਂਟ ਨੇ ਆਈ ਥਿੰਕ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਬਸੋਲੂਟਲੀ ਕੋਆਰਡੀਨੇਟ ਕਰ ਰਹੇ ਨੇ ਐਂਡ ਆਈ ਥਿੰਕ ਜੇ ਤੁਸੀਂ ਪਿਛਲੇ ਹਫ਼ਤੇ ਦਾ ਪੈਕੇਜ ਦੇਖ ਲਓ ਅਗਲੇ ਜਿਹੜੇ ਪੈਕੇਜ ਹੋਣੇ ਨੇ ਉਹ ਦੇ ਆਰ ਵੈਰੀ ਹੈਲਪਫੁਲ ਟੂ ਦ ਕਮਿਊਨਿਟੀ ਆਰ ਵੈਰੀ ਹੈਲਪਫੁਲ ਟੂ ਦ ਕਮਿਊਨਿਟੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈਗੀ ਹੈ ਇੱਕ ਜੋ ਆਮ ਤੌਰ 'ਤੇ ਇੱਕ ਆਮ ਬੰਦਾ ਜੋ ਸੁਣ ਰਿਹਾ ਕਿ ਵੀ ਇਹਦਾ ਜਿਹੜਾ ਇਹਦਾ ਪੀਰੀਅਡ ਹੈਗਾ ਇਹਦਾ ਇਨਕੂਬੇਸ਼ਨ ਦਾ ਔਰ ਪੀਕ ਅਤੇ ਫਲੈਟ ਦੀ ਗੱਲ ਚੱਲ ਰਹੀ ਇਹ ਕੀ ਚੀਜ਼ ਚੱਲ ਰਹੀ ਦੇਖੋ ਇਹ ਵੀ ਜਿਹੜੀਆਂ ਨਾ ਗੱਲਾਂ ਕਿਸੇ ਨੇ ਟੈਸਟ ਤਾਂ ਨਹੀਂ ਕੀਤੇ ਵੀ ਤੁਸੀਂ ਜੇ ਅੱਜ ਸਪੋਜ਼ ਕਿਸੇ ਨੂੰ ਇਫ ਯੂ ਗੈਟ ਦੀ ਵਾਇਰਸ ਟੂਡੇ ਵਿਦਇਨ 14 ਡੇਜ਼ ਵੈਨ ਦਿਸ ਇਜ਼ ਗੋਇੰਗ ਟੂ ਗੋ ਔਨ ਦਾ ਪੀਕ ਰਾਈਟ ਨੋਬਡੀ ਨੋਜ਼ ਐਬਸੋਲੂਟਲੀ ਇਟ ਕੁੱਡ ਬੀ ਅ 5 ਡੇਜ਼ ਕੁੱਡ ਬੀ 6 ਡੇਜ਼ 10 ਡੇਜ਼ 12 ਡੇਜ਼ ਇਟ ਡਿਪੈਂਡਸ ਔਨ ਦੀ ਪਰਸਨ ਰਾਈਟ ਸੋ ਇਹ ਬੜੀ ਇਹ ਵੀ ਅਜੇ ਬੜੀ ਵੇਗ ਜੀ ਗੱਲ ਹੈ ਪਰ ਐਟਲੀਸਟ ਜਿਹੜਾ ਅਪ ਟੂ 14 ਡੇਜ਼ ਦਾ ਰਫਲੀ ਪੀਰੀਅਡ ਹੈ ਉਹਦੇ ਵਿੱਚੋਂ ਮੋਸਟ ਲਾਈਕਲੀ ਯੂ ਮੇ ਔਰ ਮੇ ਨਾਟ ਬੀ ਇਨਫੈਕਸ਼ੀਅਸ ਆਫਟਰਵਰਡ ਬਟ ਡਿਊਰਿੰਗ ਦੈਟ ਪੀਰੀਅਡ ਯੂ ਆਰ ਗਿਵਿੰਗ ਇਨਫੈਕਸ਼ਨ ਟੂ ਅਦਰਸ ਆਲਸੋ ਬਟ ਓਨਲੀ ਬਾਈ ਕਫਿੰਗ ਐਂਡ ਬਾਈ ਡ੍ਰੌਪਲੈਟਸ ਬਟ ਨਾਟ ਬਾਈ ਸਿੱਧਾ ਹਵਾ ਦੇ ਵਿੱਚ ਨਹੀਂ ਠੀਕ ਉਹਦੇ ਥਰੂ ਨਹੀਂ ਜਾਂਦੀ ਹੈ ਬਾਕੀ ਹੈਗਾ ਵੀ ਫਿਜ਼ੀਕਲ ਟੱਚ
ਐਂਡ ਇਹਦੇ ਵਿੱਚੋਂ ਬੈਸਟ ਤਰੀਕਾ ਵੀ ਤੁਸੀਂ ਕਲੀਨਨੈਸ ਤੋਂ ਸਿੱਖੋ ਐਂਡ ਕਈ ਲੋਕ ਕਹਿ ਰਹੇ ਨੇ ਵੀ ਅਸੀਂ ਘਰ ਕਿਸ ਤਰ੍ਹਾਂ ਬੈਠਾਂਗੇ ਰਾਈਟ ਐਂਡ ਆਈ ਥਿੰਕ ਦੇਰ ਇਜ਼ ਅ ਵੈਰੀ ਗੁੱਡ ਆਪਸ਼ਨ ਦੈਟ ਯੂ ਸ਼ੁੱਡ ਕਲੀਨ ਯੂਰ ਮੈਸ ਐਟ ਹੋਮ ਬਿਲਕੁਲ ਐਬਸੋਲੂਟਲੀ ਘਰ ਦੀ ਸਫਾਈ ਕਰੋ ਥੋੜ੍ਹਾ ਸਮਾਂ ਕੱਢੋ ਆਪਣਾ ਬੱਚਿਆਂ ਨਾਲ ਫੈਮਿਲੀ ਨਾਲ ਬੈਠਣ ਦਾ ਅਤੇ ਇਸ ਸਮੇਂ ਨਾ ਸਿਰਫ ਇਹ ਤੁਹਾਡੇ ਵਾਸਤੇ ਬੈਨੀਫਿਸ਼ਲ ਰਹੇਗਾ ਲੇਕਿਨ ਕਮਿਊਨਿਟੀ ਵਿੱਚ ਵੀ ਇਹਨਾਂ ਚੀਜ਼ਾਂ 'ਚ ਅਸੀਂ ਫੈਲਾਉਣ ਦੇ ਵਿੱਚ ਰੋਕਣ ਲਈ ਆਪਣਾ ਯੋਗਦਾਨ ਪਾ ਸਕਾਂਗੇ ਐਨੀਥਿੰਗ ਡਾਟਸ ਅਪ ਇਨ ਦਾ ਐਂਡ ਵਿੱਚ ਯੂ ਵੁੱਡ ਲਾਈਕ ਟੂ ਸ਼ੇਅਰ ਵਿਦ ਆਰ ਵਿਊਅਰਸ ਕੋਈ ਇੰਪੋਰਟੈਂਟ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਦੇਖੋ ਦਿਸ ਹਰਪ੍ਰੀਤ ਵੈਨ ਦਿਸ ਥਿੰਗ ਫਸਟ ਸਟਾਰਟਡ ਇਨ ਐਂਡ ਆਫ ਦਿਸੰਬਰ ਆਈ ਹੈਵ ਬੀਨ ਵੈਰੀ ਐਕਟਿਵ ਆਈ ਹੈਵ ਬੀਨ ਆਊਟ ਦੇਅਰ ਐਂਡ ਟਾਕਿੰਗ ਅਬਾਊਟ ਦਿਸ ਇਸ਼ੂ ਫਾਰ ਆਲਮੋਸਟ 10 ਐਂਡ ਬਟ ਆਈ ਹੈਵ ਲਰਨਡ ਪਰਸਨਲੀ ਫਰੋਮ ਮੈਨੀ ਅਦਰ ਸੋਰਸਿਸ ਐਂਡ ਫਰੋਮ ਦ ਕਮਿਊਨਿਟੀ ਮੈਂਬਰਸ ਐਂਡ ਟਾਕਿੰਗ ਟੂ ਯੂ ਐਂਡ ਵੇਰੀਅਸ ਮੀਡੀਆ ਪੀਪਲ ਟੋਕ a longer time to understand this issue because jadi understanding wasn't there right nobody was taking it very seriously so it to lesson ek hi milda that any time some professional or a organization or a or anybody who has a knowledge and authority when they are telling you listen learn and follow implement Absolutely. Follow karna bada important hai but at this time I think all the gurdwaras have taken action oh yes and they have cancelled their Vaisakhi prayers and I think that's good right but at this I think the schools band ho gaye ne baaki sara kuch band ho reya par jada sada jada na apna jada na jehdi thodi bahuti jehdi education lack of education hon karke na thodi mushkil aa rahi hai lokan nu samjhan di right par jadon unna samjha do na bhi eh jada ਜਿਹੜਾ ਕੀਟਾਣੂ ਤੁਹਾਡੇ ਅੰਦਰ ਵੜ ਗਿਆ ਜੀ ਇਹਨੇ ਵੀ ਖਰਾਬੀ ਕਰਨੀ ਹੈ ਇਹਨੇ ਕੋਈ ਨਹੀਂ ਦੇਖਣਾ ਵੀ ਤੁਸੀਂ ਵੀ ਸਟਰੋਂਗ ਹੋਏ ਤੁਸੀਂ ਕਿੱਥੋਂ ਆਏ ਹੋ ਉਹਨੇ ਤੁਹਾਡੀ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਐਂਡ ਯੂ ਹੈਵ ਟੂ ਰਿਸਪੈਕਟ ਦੈਟ ਦਿਸ ਇਜ਼ ਦ ਇਸ਼ੂ ਦੈਟ ਵੀ ਨੀਡ ਟੂ ਵਰਕ ਟੂਗੈਦਰ ਕਮਿਊਨਿਟੀ ਨੇ ਆਪਣਾ ਕੰਮ ਕਰਨਾ ਪ੍ਰੋਫੈਸ਼ਨਲ ਨੇ ਆਪਣਾ ਕੰਮ ਬਿਲਕੁਲ ਸਾਰਿਆਂ ਨੇ ਕਰਨਾ ਗਵਰਨਮੈਂਟ ਆਪਣਾ ਕੰਮ ਕਰਦੀ ਪਈ ਹੈ ਪਰ ਇਹ ਜਿਹੜਾ ਨਾ ਇਹ ਤਾਂ ਨਹੀਂ ਵੇਖਣਾ ਕਿ ਅਨ ਕਿ ਜਿਹੜੀ ਤੁਸੀਂ ਜਦੋਂ ਇਹਨੂੰ ਇਸ ਚੀਜ਼ ਨੂੰ ਇਗਨੋਰ ਕਰੋਗੇ ਵਾਰਨਿੰਗ ਨੂੰ ਜਾਂ ਪ੍ਰਕਾਸ਼ਨਸ ਨੂੰ ਜੀ ਐਸ ਯੂ ਆਰ ਰਿਸਪੋਂਸੀਬਲ ਰਾਈਟ ਨਾਟ ਫਾਰ ਯੂ ਆਰ ਕ੍ਰੀਏਟਿੰਗ ਪ੍ਰੋਬਲਮ ਫਾਰ ਯੂ ਐਂਡ ਫਾਰ ਦ ਕਮਿਊਨਿਟੀ ਆਲਸੋ ਸੋਸਾਇਟੀ ਆਲਸੋ ਵੰਡਰਫੁਲ ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸਮਾਂ ਕੱਢ ਕੇ ਤੁਸੀਂ ਅਸੀਂ ਦੇਖ ਰਹੇ ਹਾਂ ਬਹੁਤ ਮਿਹਨਤ ਕਰ ਰਹੇ ਹੋ ਲੋਕਾਂ ਕੋਲ ਜਾ ਕੇ ਮੀਡੀਆ ਦੇ ਰਾਹੀਂ ਤੁਸੀਂ ਇਹ ਮੈਸੇਜ ਫੈਲਾ ਰਹੇ ਹੋ ਆਸ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਇਸ ਤੋਂ ਜ਼ਰੂਰ ਸਬਕ ਲੈ ਕੇ ਇਸ ਨੂੰ ਇੰਪਲੀਮੈਂਟ ਕਰੇਗੀ ਥੈਂਕ ਯੂ ਵੈਰੀ ਮਚ ਐਂਡ ਬੈਸਟ ਵਿਸ਼ਸ ਥੈਂਕ ਯੂ ਜੀ ਥੈਂਕ ਯੂ ਸੋ ਅੱਜ ਜੋ ਅਸੀਂ ਗੱਲਬਾਤ ਕੀਤੀ ਉਸ ਵਿੱਚ ਡਾਕਟਰ ਗੁਲਜ਼ਾਰ ਚੀਮਾ ਦੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਇਹ ਬੇਨਤੀ ਹੈਗੀ ਹੈ ਕਿ ਐਜ਼ ਰਿਸਪੋਂਸੀਬਲ ਸਿਟੀਜ਼ਨਸ ਆਓ ਆਪਣੀ ਜੋ ਡਿਊਟੀਜ਼ ਨੇ ਉਸ ਨੂੰ ਅਸੀਂ ਨਿਭਾਈਏ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਜ਼ਰੂਰ ਮੇਨਟੇਨ ਰੱਖੀਏ ਕੋਈ ਫਰਕ ਨਹੀਂ ਪੈ ਜਾਏਗਾ ਹਫ਼ਤਾ ਘਰੋਂ ਬਾਹਰ ਨਹੀਂ ਨਿਕਲਾਂਗੇ ਪਾਰਟੀਜ਼ ਤੋਂ ਥੋੜ੍ਹਾ ਜਿਹਾ ਘੱਟ ਜਾਈਏ ਇੱਕ ਦੂਸਰੇ ਦੇ ਘਰ ਜਾਣਾ ਬੰਦ ਕਰੀਏ ਘਰ 'ਚ ਹੀ ਬੈਠ ਕੇ ਜਿਹੜੇ ਸਾਡੇ ਅਧੂਰੇ ਕੰਮ ਪਏ ਹੋਏ ਨੇ ਉਹਨਾਂ ਨੂੰ ਪੂਰਾ ਕਰੀਏ ਸੈਲਫ ਆਈਸੋਲੇਸ਼ਨ ਯਾਨੀ ਕਿ ਜੇਕਰ ਤੁਸੀਂ ਇੰਡੀਆ 'ਚੋਂ ਆ ਰਹੇ ਹੋ ਜਾਂ ਪਾਕਿਸਤਾਨ ਤੋਂ ਆ ਰਹੇ ਹੋ ਤਾਂ 14 ਦਿਨਾਂ ਲਈ ਆਪਣੇ ਆਪ ਨੂੰ ਅਲੱਗ ਰੱਖੋ ਤਾਂ ਕਿ ਤੁਸੀਂ ਆਪ ਵੀ ਬਚੋ ਅਤੇ ਦੂਸਰਿਆਂ ਨੂੰ ਵੀ ਇਹਨਾਂ ਕੀਟਾਣੂਆਂ ਤੋਂ ਬਚਾ ਸਕੋ ਜੇਕਰ ਅਸੀਂ ਇਹ ਪ੍ਰੀਕੋਸ਼ਨਸ ਲਾਂਗੇ ਤਾਂ ਸੋਸ਼ਲ ਮੀਡੀਆ ਉੱਤੇ ਤੁਸੀਂ ਪੜ੍ਹ ਰਹੇ ਹੋ ਬਹੁਤ ਸਾਰੀਆਂ ਐਸੀ ਪੋਸਟ ਆ ਰਹੀਆਂ ਨੇ ਜਿਹੜੇ ਕਿ ਇਟਾਲੀਅਨਸ ਵੱਲੋਂ ਜਾਂ ਸਪੇਨ 'ਚ ਰਹਿੰਦੇ ਹੋਏ ਲੋਕਾਂ ਵੱਲੋਂ ਲਿਖੀਆਂ ਜਾ ਰਹੀਆਂ ਨੇ ਕਿ ਜੇਕਰ ਅਸੀਂ ਇਹ ਕੁਝ ਫੋਲੋ ਕਰ ਲੈਂਦੇ ਤਾਂ ਅਸੀਂ ਵੀ ਬਚ ਸਕਦੇ ਸੀ ਸਰਕਾਰ ਨੇ ਬਹੁਤ ਸੋਹਣੇ ਕਦਮ ਚੁੱਕੇ ਨੇ ਜੋ ਇਹ ਹੈਲਥ ਐਮਰਜੈਂਸੀਜ਼ ਡਿਕਲੇਅਰ ਕੀਤੀਆਂ ਜਾ ਰਹੀਆਂ ਨੇ ਪਰ ਸਾਡਾ ਜੋ ਫਰਜ਼ ਬਣਦਾ ਆਓ ਜ਼ਰੂਰ ਨਿਭਾਈਏ ਤਾਂ ਕਿ ਅਸੀਂ ਸਾਰੇ ਸੁਰੱਖਿਅਤ ਰਹਿ ਸਕੀਏ ਤੰਦਰੁਸਤ ਰਹਿ ਸਕੀਏ ਅਤੇ ਇਸ ਵਾਇਰਸ ਦਾ ਅਸੀਂ ਟਾਕਰਾ ਸਾਰੇ ਰਲ ਮਿਲ ਕੇ ਚੰਗੇ ਤਰੀਕੇ ਨਾਲ ਕਰ ਸਕੀਏ ਸਭ ਦਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਕੱਲ੍ਹ ਸ਼ਾਮ ਨੂੰ ਫਿਰ ਮਿਲਾਂਗੇ ਅਤੇ ਇਸੇ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 604-603-7555 ਔਰ ਯੂ ਕੈਨ ਈਮੇਲ ਮੀ ਐਟ ਹਰਪ੍ਰੀਤ ਸਿੰਘ ਸ਼ੋਅ @gmail.com ਥੈਂਕ ਯੂ ਵੈਰੀ ਮਚ ਹੈਵ ਅ ਗ੍ਰੇਟ ਈਵਨਿੰਗ